ਸ਼ੋ ਟੀਵੀ ਤੇ ਸਰੰਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤेंद्र ਪੰਨੂ ਵਿੱਚ ਕੁਚਲੰਤ ਮੁੱਦਿਆਂ ਤੇ ਸਮਾਜ ਵਿੱਚ ਘਟੀਆਂ ਘਟਨਾਵਾਂ ਤੇ ਤੁਹਾਡੇ ਨਾਲ ਜਿਹੜੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਜਤेंद्र ਪੰਨੂ ਜੀ ਪੰਨੂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਪਹਿਲੀ ਖਬਰ ਲੈਣੇ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ ਕਿ ਹੁਣ ਜਿਨ੍ਹਾਂ ਦੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਵੀ ਹੈ ਖੂਨ ਦਾ ਰਿਸ਼ਤਾ ਨਹੀਂ ਹੈ ਉਹਨਾਂ ਨੂੰ ਵੀ ਤੁਸੀਂ ਗਿਫਟ ਦੇ ਤੌਰ ਤੇ ਆਪਣੀ ਪ੍ਰਾਪਰਟੀ ਦੇ ਸਕਦੇ ਹੋ ਇਸ ਹੁਕਮ ਦਾ ਕੀ ਅਰਥ ਨਿਕਲ ਸਕਦਾ ਹੈ ਦੇਖੋ ਹਰਿਆਣੇ ਦੇ ਵਿੱਚ ਇੱਕ ਮਹਿਕਮਾ ਹੈਗਾ ਹੁਡਾ ਉਦਾ ਤਾਂ ਹੁਡਾ ਉੱਥੇ ਸਰਨੇਵੀਆ ਮੁੱਖ ਮੰਤਰੀ ਅੰਦਾਸੀ ਭពਿੰਦਰ ਸਿੰਘ ਹੁਡਾ ਪਰ ਇਹ ਉਹ ਹੁਡਾ ਨਹੀਂ ਜਿੱਦਾਂ ਪੰਜਾਬ ਵਿੱਚ ਪੁਡਾ ਹੈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਉਸੇ ਤਰ੍ਹਾਂ ਹਰਿਆਣੇ ਚ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਹੁਡਾ ਜੀ ਹੁਡਾ ਦੇ ਖਿਲਾਫ ਇੱਕ ਸ਼ਿਕਾਇਤ ਆਈ ਕਿ ਗੁੜਗਾਓਂ ਤੇ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਜਿਹੜੇ ਪਲਾਟ ਜਿਹੜੀਆਂ ਥਾਵਾਂ ਅਲਾਟ ਕੀਤੀਆਂ ਜਾਂਦੀਆਂ ਹੁਡਾ ਵੱਲੋਂ ਉਹਨਾਂ 'ਚ ਇਹ ਸ਼ਰਤ ਲੱਗੀ ਹੁੰਦੀ ਹੈ ਕਿ 5 ਸਾਲ ਤੱਕ ਉਹ ਵੇਚੀਆਂ ਨਹੀਂ ਜਾ ਸਕਦੀਆਂ ਹਾਂਜੀ ਉਹਦੇ ਨਾਲ ਕਈ ਹੋਰ ਇਸ ਤਰ੍ਹਾਂ ਦੀਆਂ ਸ਼ਰਤਾਂ ਨੇ ਖਾਸ ਤੌਰ ਤੇ ਜਿੱਥੇ ਇੰਡਸਟਰੀ ਵਾਸਤੇ ਪਲਾਟ ਬਗਰਾ ਦਿੱਤੇ ਜਾਂਦੇ ਉਹਦਾ ਇੱਕ ਦੂਸਰਾ ਤਰੀਕਾ ਲੱਭ ਲਿਆ ਗਿਆ ਲੋਕ ਕੀ ਕਰਦੇ ਆ ਕਿ ਉਹ ਕਹਿੰਦੇ ਅਸੀਂ ਵੇਚਿਆ ਹੀ ਨਹੀਂ ਮੇਰਾ ਫਲਾਣੇ ਬੰਦੇ ਨਾਲ ਬਹੁਤ ਮੋਹ ਹੈ ਮੇਰੇ ਉਹਨਾਂ ਬੜੀ ਨੇੜਤਾ ਮੈਂ ਉਹਨੂੰ ਗਿਫਟ ਕਰਦਾ ਗਿਫਟ ਕਰਨ ਦੇ ਖਿਲਾਫ ਕੋਈ ਕਾਨੂੰਨ ਨਹੀਂ ਸਰਕਾਰ ਦਾ ਕਾਨੂੰਨ ਇਹ ਕਹਿੰਦਾ ਕਿ ਤੁਹਾਡਾ ਜਿਹਦੇ ਨਾਲ ਕੋਈ ਮੋਹ ਦਾ ਰਿਸ਼ਤਾ ਉਹਨੂੰ ਤੁਸੀਂ ਕੁਝ ਗਿਫਟ ਕਰ ਸਕਦੇ ਇੱਕ ਬੰਦੇ ਨੇ ਜਾ ਕੇ ਕਿਹਾ ਜੀ ਮੋਹ ਦਾ ਰਿਸ਼ਤਾ ਹੋਰ ਗੱਲ ਆ ਇਸ ਗਿਫਟ ਦੇ ਨਾਂ ਤੇ ਧੋਖਾ ਧੜੀ ਹੋ ਰਹੀ ਆ ਕਿ ਜਦੋਂ ਇਹ ਪ੍ਰਾਪਰਟੀ ਕਿਸੇ ਨੂੰ ਗਿਫਟ ਕੀਤੀ ਜਾਂਦੀ ਆ ਇੱਕ ਤਾਂ ਸਰਕਾਰ ਦੀ ਉਹ ਜਿਹੜੀ ਕੰਡੀਸ਼ਨ ਹੈ ਕਿ ਤੁਸੀਂ ਇਹ ਪ੍ਰਾਪਰਟੀ 5 ਸਾਲ ਤੱਕ ਵੇਚ ਨਹੀਂ ਸਕਦੇ ਉਹਦੀ ਲੰਘਣਾ ਹੁੰਦੀ ਹੈ ਦੂਸਰੀ ਗੱਲ ਇਹ ਕਿ ਜੇ ਵੇਚੀ ਜਾਵੇ ਤੇ ਉਹਦੇ ਉੱਤੇ ਫਿਰ ਪਰਸੈਂਟੇਜ ਦੇ ਹਿਸਾਬ ਨਾਲ ਸਰਕਾਰ ਨੂੰ ਇੱਕ ਬਕਾਇਦਾ ਸੇਲ ਡੀਡ ਦੇ ਮੁਤਾਬਕ ਰੈਵਨਿਊ ਜਾਣਾ ਹੁੰਦਾ ਟੈਕਸ ਜਾਣਾ ਹੁੰਦਾ ਜਿਹਨੂੰ ਸਾਡੇ ਪੰਜਾਬੀ ਵਿੱਚ ਅਸ਼ਟਾਮ ਕਹਿੰਦੇ ਆ ਪਰ ਅਸਲ ਵਿੱਚ ਸਟੈਂਪ ਪੇਪਰ ਹੁੰਦਾ ਜੀ ਉਹ ਜੇ ਲੱਖ ਪਿੱਛੇ ਫਰਜ ਕਰੋ 15000 2000 ਜਣਾ ਹੋਵੇ ਤੇ 30 ਲੱਖ ਦੀ ਪ੍ਰਾਪਰਟੀ ਹੋਵੇ ਕਰੋੜਾਂ ਚ ਬਣਦਾ ਹੂੰ ਹੂੰ ਤੇ ਰੋਜ਼ ਇੰਨੀਆਂ ਪ੍ਰਾਪਰਟੀਆਂ ਜਾਂਦੀਆਂ ਹੋਣ ਤੇ ਇਹਦਾ ਤੇ ਬਹੁਤ ਵੱਡਾ ਕਾਲਾ ਮਲਾ ਹੋ ਰਿਹਾ ਉਸ ਬੰਦੇ ਨੇ ਜਾ ਕੇ ਸ਼ਿਕਾਇਤ ਕੀਤੀ ਹੂੰ ਹੂੰ ਸ਼ਿਕਾਇਤ ਉੱਥੇ ਇਹਦੇ ਬਜਾਏ ਕਿ ਕਾਲੇ ਮਲੇ ਨੂੰ ਵੇਖਿਆ ਜਾਵੇ ਰੋਕਿਆ ਜਾਵੇ ਸ਼ਿਕਾਇਤ ਇਸ ਗੱਲ ਤੇ ਆ ਗਈ ਕਿ ਗਿਫਟ ਬੜਾ ਜਿਹੜਾ ਕਾਨੂੰਨ ਹੈ ਉਹ ਠੀਕ ਹੈ ਕਿ ਗਲਤ ਹੈ ਇਹਨੂੰ ਰੱਖਣਾ ਚਾਹੀਦਾ ਕਿ ਸੁਧਰਨਾ ਚਾਹੀਦਾ ਹੈ ਇਹਦੀ ਅਦਲਾ ਬਦਲੀ ਕਰਨੀ ਚਾਹੀਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਪੂਰੀ ਸੁਣਵਾਈ ਤੋਂ ਬਾਅਦ ਕਾਨੂੰਨ ਦੇ ਇੱਕ ਇੱਕ ਅੱਖਰ ਨੂੰ ਵੇਖ ਕੇ ਆਖਿਆ ਕਿ ਗਿਫਟ ਵਿੱਚ ਇਹ ਕਿਤੇ ਨਹੀਂ ਲਿਖਿਆ ਗਿਆ ਕਿ ਗਿਫਟ ਸਿਰਫ ਖੂਨ ਦੇ ਰਿਸ਼ਤੇ ਚ ਕੀਤਾ ਜਾ ਸਕਦਾ ਕਿਉਂਕਿ ਉਸ ਬੰਦੇ ਨੇ ਆਖਿਆ ਸੀ ਖੂਨ ਦਾ ਰਿਸ਼ਤਾ ਹੋਵੇ ਤੁਸੀਂ ਗਿਫਟ ਕਰ ਸਕਦੇ ਹੋ ਹਰ ਇੱਕ ਨੂੰ ਤੁਹਾਡੇ ਜਾਣੇ ਖਣੇ ਨੂੰ ਕਰ ਸਕਦੇ ਹੋ ਹੂੰ ਹੂੰ ਇਹਨੇ ਕਦੀ ਖੂਨ ਦੇ ਰਿਸ਼ਤੇ ਤੋਂ ਬਾਹਰ ਵੀ ਕੀਤਾ ਜਾ ਸਕਦਾ ਖੂਨ ਦੇ ਰਿਸ਼ਤੇ ਤੋਂ ਬਾਹਰ ਹੋ ਸਕਦਾ ਵਕ ਹੋ ਸਕਦਾ ਕਾਨੂੰਨੀ ਤੌਰ ਤੇ ਘੱਟ ਠੀਕ ਹੈ ਅਮਲ ਵਿੱਚ ਗਲਤ ਹੈ ਜੀ ਅਮਲ ਵਿੱਚ ਲੋਕ ਕੀ ਕਰਦੇ ਆ ਅੱਜ ਕੱਲ ਕਿਡਨੀ ਟਰਾਂਸਪਲੈਂਟ ਹੁੰਦੇ ਆ ਮੁੱਲ ਖਰੀਦੇ ਜਾਂਦੇ ਆ ਤੇ ਜਿਹਨੂੰ ਮੁੱਲ ਦਿੱਤਾ ਜਾਂਦਾ 1.5-2 ਲੱਖ ਰੁਪਏ ਉਹਦੇ ਤੋਂ ਐਫੀਟਿਟ ਲਿਖਾਇਆ ਜਾਂਦਾ ਕਿ ਮੈਂ ਪਿਛਲੇ 10 ਸਾਲਾਂ ਤੋਂ ਇਸ ਬੰਦੇ ਦੀ ਸੇਵਾ ਕਰਦਾ ਪਿਆ ਹੂੰ ਹੂੰ ਮੇਰਾ ਇਹਦੇ ਨਾਲ ਬਹੁਤ ਮੋਹ ਹੈ ਤੇ ਮੈਂ ਇਹਨੂੰ ਦੁਖੀ ਨਹੀਂ ਵੇਖ ਸਕਦਾ ਮੈਂ ਆਪਣੀ ਇੱਕ ਕਿਡਨੀ ਨੂੰ ਦਾਨ ਕਰ ਰਿਹਾ ਇਸੇ ਤਰ੍ਹਾਂ ਇਹ ਜਾਇਦਾਦਾਂ ਦੇ ਉੱਤੇ ਟੈਕਸ ਬਚਾਉਣ ਵਾਸਤੇ ਆ ਕੁਝ ਹੁੰਦਾ ਪਿਆ। ਪੰਜਾਬ ਵਿੱਚ ਇੱਕ ਨੌਕਰੀਆਂ ਦਾ ਬਹੁਤ ਵੱਡਾ ਸਕੈਂਡਲ ਫੜਿਆ ਗਿਆ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਵਿੰਦਰਪਾਲ ਸਿੰਘ ਰਵੀ ਸਿੱਧੂ ਹੁੰਦਾ ਸੀ ਉਹਦੇ ਵੇਲੇ। ਉਹਦੇ ਕੋਲ ਇੰਨੇ ਪੈਸੇ ਫੜੇ ਗਏ ਕਿ ਜਦੋਂ ਲੱਕਰ ਖੋਲੇ ਤੇ ਨੋਟਾਂ ਦੇ ਬੰਡਲ ਵਸਾਇਆ ਬੈਂਕ ਦਾ ਫਰਸ਼ﾞﾞਰੀ ਵਾਂਗ ਟੱਕਿਆ ਗਿਆ ਸੀ। ਅੱਛਾ ਜੀ। ਕਰੋੜਾਂ ਰੁਪਇਆ ਨਿਕਲੇ। ਔਰ ਨਿਕਲਿਆ ਕਦੋਂ? ਆ 2002 ਚ ਅੱਜ ਤੋਂ 15 ਸਾਲ ਪਹਿਲਾਂ ਦੀਆਂ ਗੱਲਾਂ 14 ਸਾਲ ਪਹਿਲਾਂ ਦੀਆਂ ਗੱਲਾਂ ਉਹਦੇ ਬਾਅਦ ਉਹਦੇ ਇਸ ਰਵਿੰਦਰਪਾਲ ਸਿੰਘ ਜਿਹੜਾ ਰਵੀ ਸਿੱਧੂ ਸੀ ਉਹਦੀ ਪ੍ਰਾਪਰਟੀ ਦੀ ਪੁਣਛਾਣ ਹੋ ਗਈ ਤੇ ਹੁੰਦਿਆਂ ਹੁੰਦਿਆਂ ਇਹ ਨਿਕਲ ਆਇਆ ਕਿ ਉਹਨੇ Shimla 'ਚ ਇੱਕ ਬੰਗਲਾ ਲਿਆ ਜੀ Shimla ਦੇ ਵਿੱਚ ਹਮਾਚਲ ਪ੍ਰਦੇਸ਼ ਬਾਹਰ ਦਾ ਬੰਦਾ ਜਾ ਕੇ ਕੋਈ ਪ੍ਰਾਪਰਟੀ ਖਰੀਦ ਨਹੀਂ ਸਕਦਾ ਹੂੰ ਹੂੰ ਤੇ ਜਿਹੜਾ ਉਹਨੇ ਬੰਗਲਾ ਲਿਆ ਉਹ ਬੰਗਲਾ ਹੈ ਵੀ ਇਹੋ ਜਿਹੀ ਥਾਂ 'ਚ ਜਿੱਥੇ ਕੋਈ ਖਰੀਦੋ-ਫਰੋਖ ਦੇ ਉੱਤੇ ਵੈਸੇ ਹੀ ਪਾਬੰਦੀ ਆ ਕੋਈ ਹੋ ਹੀ ਨਹੀਂ ਸਕਦੀ ਹੂੰ ਪੰਜਾਬ ਵਾਲਾਂ ਨੂੰ ਤੇ ਛੱਡੋ ਉਹ ਹਮਾਚਲ ਵਿੱਚ ਵੀ ਕਿਸੇ ਨੂੰ ਨਹੀਂ ਵੇਚ ਸਕਦੇ ਕਿਉਂਕਿ ਇਹੋ ਜੀ ਥਾਂ ਸੀ ਉਹ ਜਿਹੜੀ ਸੈਂਸਿਟਿਵ ਕਣੀ ਜਾਂਦੀ ਹੈ ਲਾਗੇ ਫੌਜੀ ਏਰੀਆ ਤੇ ਉਹ ਬੰਗਲਾ ਕਿਸੇ ਨੂੰ ਵੇਚਿਆ ਨਹੀਂ ਜਾ ਸਕਦਾ ਪੰਜਾਬ ਵਾਲਾਂ ਤੇ ਵੈਸੇ ਨਹੀਂ ਪਰ ਹਮਾਚਲ ਵਾਲਾ ਨੂੰ ਵੀ ਵੇਚਿਆ ਜਾ ਸਕਦਾ ਨਿਕਲਿਆ ਕਿ ਕਿ ਉੱਥੇ ਇੱਕ ਮਾਈ ਸੀ ਮਾਈ ਗੁਜਰਜਾਨ ਤੋਂ ਬਾਅਦ ਉਹਦੇ ਪਰਿਵਾਰ ਨੇ ਆਖਿਆ ਕਿ ਸਾਡੀ ਮਾਤਾ ਦੀ ਰਵੀ ਸਿੱਧੂ ਨੇ ਸੇਵਾ ਬੜੀ ਕੀਤੀ ਅੰਤਲੇ ਦਿਨਾਂ 'ਚ ਤੇ ਪ੍ਰਾਪਰਟੀ ਰਵੀ ਸਿੱਧੂ ਨੂੰ ਸਾਡੀ ਮਾਤਾ ਕਹੇਗੀ ਸੀ ਤੁਸੀਂ ਦੇ ਦਿਓ ਉਹ ਗਿਫਟ ਕਰ ਗਈ ਸੀ ਸਿਤਾ ਕਰ ਰਿਹਾ ਅੱਛਾ ਜੀ ਤੇ ਗਿਫਟ ਕਹ ਕਿ ਟ੍ਰਾਂਸਫਰ ਕੀਤਾ ਸੀ ਹੂੰ ਹੂੰ ਕਾਨੂੰਨੀ ਤੌਰ ਤੇ ਠੀਕ ਸੀ ਤੇ ਜਦੋਂ ਵਿਜੀਲੈਂਸ ਦੀ ਜਾਂਚ ਸ਼ੁਰੂ ਹੋਈ ਤੇ ਪਤਾ ਲੱਗਾ ਕਿ ਜਦੋਂ ਮਾਤਾ ਦਾ ਸੰਸਕਾਰ ਹੋਇਆ ਰਵੀ ਸਿੱਧੂ ਉੱਥੇ ਨਹੀਂ ਮਾਤਾ ਦਾ ਭੋਗ ਪਿਆ ਰਵੀ ਸਿੱਧੂ ਉੱਥੇ ਨਹੀਂ ਮਾਤਾ ਦਾ ਅਖਬਾਰ ਚ ਇਸ਼ਤਿਹਾਰ ਆਇਆ ਭੋਗ ਦਾ ਰਵੀ ਸਿੱਧੂ ਦਾ ਨਾਂ ਨਹੀਂ ਜਿਹੜਾ ਉਹਨਾਂ ਨੇ ਕਾਰਡ 'ਚ ਪਾਇਆ ਉੱਤੇ ਰਵੀ ਸਿੱਧੂ ਦਾ ਨਾਂ ਨਹੀਂ ਉਸ ਵਕਤ ਤੱਕ ਰਵੀ ਸਿੱਧੂ ਦਾ ਉਸ ਪਰਿਵਾਰ ਨਾਲ ਕੋਈ ਮੇਲ-ਜੋਲ ਹੀ ਨਹੀਂ ਸੀ ਅੱਛਾ ਜੀ ਇਹਦੀ ਠੱਗੀ ਕੀਤੀ ਗਈ ਕਿ ਪ੍ਰਾਪਰਟੀ ਕਰੋੜਾ ਰੁਪਏ ਦੀ ਲੈਣ ਵਾਸਤੇ ਲਿਖ ਦਿੱਤਾ ਕਿ ਮਾਤਾ ਦੀ ਸੇਵਾ ਇਹ ਕਰਦਾ ਰਿਹਾ ਜਦ ਕਿ ਮਾਤਾ ਨੂੰ ਕਦੇ ਮਿਲਿਆ ਹੀ ਨਹੀਂ ਸੀ ਮੈਂ ਹਿਮਾਚਲ ਪ੍ਰਦੇਸ਼ 'ਚ ਇਹੋ ਜਿਹੇ ਲੋਕਾਂ ਨੂੰ ਬਹੁਤ ਨੂੰ ਜਾਣਦਾ ਜਿਨ੍ਹਾਂ ਨੇ ਡਲੌਜੀ ਵਿੱਚ ਮਕਲੋੜ ਗੰਜ ਦੇ ਵਿੱਚ ਕਾਂਗੜੇ 'ਚ Shimla 'ਚ Manali 'ਚ ਵੱਡੇ ਵੱਡੇ ਬਗਲੇ ਜਾ ਕੇ ਬਣਾ ਲਏ ਪੰਜਾਬ ਦਾ ਕੋਈ ਬੰਦਾ ਉੱਥੇ ਜਾ ਕੇ ਬਣਾ ਨਹੀਂ ਸਕਦਾ ਤੇ ਤਰੀਕਾ ਕੀ ਆ ਉੱਥੋਂ ਕੋਈ ਬੰਦਾ ਇਹਨਾਂ ਨੂੰ ਗਿਫਟ ਕਰ ਦਿੰਦਾ ਪਰ ਕਦ ਨਾਲ ਜੀ ਅਸੀਂ ਪੰਜਾਬ ਚ ਇੰਨਾ ਚ ਰਹਿ ਸੀ ਉਸ ਵਕਤ ਇਸ ਬੰਦੇ ਨੇ ਸਾਡੀ ਸੇਵਾ ਬਹੁਤ ਕੀਤੀ ਤੇ ਅਸੀਂ ਤਾਂ ਐਸੇ ਦਾ ਦਿੱਤਾ ਖਾਂਦੇ ਰਿਹਾ ਸਾਡਾ ਮੋਹ ਦਾ ਰਿਸ਼ਤਾ ਉਸ ਰਿਸ਼ਤੇ ਚ ਨੂੰ ਗਿਫਟ ਕਰਤਾ ਜਾਂ ਫਿਰ ਇਹ ਲਿਖ ਦਿੱਤਾ ਜਾਂਦਾ ਕਿ ਇਹਨੂੰ 99 ਸਾਲ ਦੀ ਲੀਜ਼ ਤੇ ਦਿੱਤਾ ਗਿਆ 99 ਸਾਲ ਦੀ ਲੀਜ਼ ਦਾ ਮੰਨ ਲਓ ਕਿ ਘੱਟ 100 ਸਾਲ ਆ ਫਿਰ ਉਹ ਮੁਰਨਾ ਥੋੜਾ ਇਸ ਢੰਗ ਨਾਲ ਪ੍ਰਾਪਰਟੀ ਸਿੱਤ ਜਾਰੀ ਨੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਠੀਕ ਹੈ ਕਿ ਗਿਫਟ ਤੁਸੀਂ ਕਿਸੇ ਸੱਤ ਬਗਾਨੇ ਨੂੰ ਵੀ ਕਰ ਸਕਦੇ ਆ ਪਰ ਜੇ ਤੁਹਾਡਾ ਉਹਦੇ ਨਾਲ ਮੋਹ ਦਾ ਰਿਸ਼ਤਾ ਹੋਵੇ ਹੁਣ ਜਿਹੜਾ ਕੇਸ ਉੱਤੇ ਗਿਆ ਉਹ ਮੋਹ ਦੇ ਰਿਸ਼ਤੇਦਾਰ ਨਹੀਂ ਉਹ ਖੂਨ ਦੇ ਰਿਸ਼ਤੇਦਾਰ ਨੇ ਉਹ ਕੇਸ ਇਹ ਹੈ ਕਿ ਦਿੱਲੀ ਦੇ ਬਿਲਕੁਲ ਨਾਲ ਜੁੜਦਾ ਗੁੜਗਾਓ ਹੈ ਜਿਹਦਾ ਨਵਾਂ ਨਾਂ ਗੁਰੂਗ੍ਰਾਮ ਕਰਤਾ ਤੇ ਕਾਂਗਰਸੀ ਰਾਜ ਜਿਹਨੂੰ ਜਮਾਇਕਾ ਕਹਿੰਦੇ ਸੀ ਕਿਉਂਕਿ ਸੋਨੀਆ ਗਾਂਧੀ ਦੇ ਜਵਾਈ ਦਾ ਉੱਥੇ ਦਬਦਬਾ ਹੁੰਦਾ ਸੀ ਹੂੰ ਹੂੰ ਉਹ ਹਿਅਰ ਚ ਕਰੋੜਾਂ ਦੀਆਂ ਪ੍ਰਾਪਰਟੀਆਂ ਇੱਕ ਦੂਸਰੇ ਦੇ ਨਾਂ ਤੇ ਇਸ ਤਰ੍ਹਾਂ ਟਰਾਂਸਫਰ ਕੀਤੀਆਂ ਜਾ ਰਹੀਆਂ ਨੇ ਕਿ ਗਿਫਟ ਕੀਤੀਆਂ ਅਸਲ ਚੋ ਗਿਫਟ ਨਹੀਂ ਗਈਆਂ ਸਾਰਾ ਕੁਝ ਸੇਰ ਪਰਚੇਜ ਹੋ ਰਹੀ ਹੈ ਵਿਕਰੀ ਹੋ ਰਹੀ ਹੈ ਸਰਕਾਰ ਦਾ ਕਰੋੜਾ ਰੁਪਏ ਦਾ ਟੈਕਸ ਖਾਣ ਵਾਸਤੇ ਗਿਫਟ ਦਾ ਬਹਾਨਾ ਲਾਇਆ ਜਾ ਰਿਹਾ ਮਾਮਲਾ ਕੁਝ ਹੋਰ ਸੀ ਬਣਾ ਕੁਝ ਹੋਰ ਦਿੱਤਾ ਗਿਆ ਤੇ ਉਹਦੇ ਚੋਂ ਹਾਈ ਕੋਰਟ ਦਾ ਫੈਸਲਾ ਆਪਣੀ ਥਾਂ ਤੇ ਠੀਕ ਹੁੰਦੇ ਹੋਏ ਵੀ ਇਸ ਫੈਸਲੇ ਦੀ ਦੁਰਵਤੋਂ ਉੱਥੇ ਹੋਏਗੀ ਜੀ ਫਿਲਹਾਲ ਇੱਥੇ ਵੇਲਾ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਜਾਰੀ ਰਹੇਗਾ ਵੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਜੱਜ ਦਾ ਮੀਚਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੰਨੋਸਾ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਚੋਣ ਜ਼ਾਬਤਾ ਹੁੰਦਾ ਕੀ ਹੈ ਤੇ ਦੇ ਨਾਲ ਕੀ ਅਸਰ ਪੈਂਦਾ ਹੈ ਇਹਦੇ ਬਾਰੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ ਦੇ ਕੋਲ ਜਿੰਨਾ ਚਿਰ ਤੱਕ ਸਰਕਾਰ ਦੀ ਅਗਵਾਈ ਸਿਆਸੀ ਲੀਡਰਸ਼ਿਪ ਦੇ ਕੋਲ ਹੁੰਦੀ ਆ ਉਹ ਨਿਯਮਾਂ ਕਾਨੂੰਨਾਂ ਨਹੀਂ ਵੰਦੀ ਚਾਰੇ ਚੱਕ ਜ਼ਗੀਰ ਪੰਜਾਬੀ ਚਕੌਤ ਤੇ ਚੰਦੀਆਂ ਚਲਾਉਂਦੀ ਆ ਲੋਕ ਜਦੋਂ ਇਹ ਕਹਿੰਦੇ ਆ ਇਹ ਬਾਦਲ ਸਰਕਾਰ ਆ ਅਕਾਲੀ ਸਰਕਾਰ ਆ ਇਹ ਮਰਿੰਦਰ ਸਰਕਾਰ ਆ ਕਾਂਗਰਸੀ ਸਰਕਾਰ ਆ ਉਹ ਗੱਲ ਕਹਿੰਦੇ ਆ ਸਰਕਾਰ ਬਾਦਲ ਸਰਕਾਰ ਤੇ ਅਮਰਿੰਦਰ ਸਰਕਾਰ ਜਾਂ ਕਾਂਗਰਸੀ ਸਰਕਾਰ ਤੇ ਅਕਾਲੀ ਸਰਕਾਰ ਨਹੀਂ ਹੁੰਦੀ ਸਰਕਾਰ ਪੰਜਾਬ ਸਰਕਾਰ ਹੁੰਦੀ ਹੂੰ ਸਰਕਾਰ ਇੱਕ ਸਟੇਟ ਅਪਰੇਟਸ ਹੁੰਦਾ ਇੱਕ ਮਸ਼ੀਨਰੀ ਹੁੰਦੀ ਹੈ ਲੋਕਤੰਤਰ ਵਿੱਚ ਉਸ ਮਸ਼ੀਨਰੀ ਦੀ ਅਗਵਾਈ ਜਿਹੜੀ ਆ ਸਿਆਸੀ ਲੀਡਰਾਂ ਦੇ ਹੱਥ ਹੁੰਦੀ ਹੈ ਪਰ ਮਸ਼ੀਨਰੀ ਨੇ ਇੱਕ ਸੰਵਿਧਾਨ ਇੱਕ ਕਨਸਟੀਚਿਊਸ਼ਨ ਦੇ ਮੁਤਾਬਕ ਚੱਲਣਾ ਹੁੰਦਾ ਹੁਣ ਹੁੰਦਾ ਕੀ ਆ ਇਹਦੇ ਚ ਸਟੇਟ ਅਪਰੇਟਸ ਜਿਹੜਾ ਜਿਹੜੀ ਸਰਕਾਰੀ ਮਸ਼ੀਨਰੀ ਆ ਉਹਦਾ ਸਭ ਤੋਂ ਵੱਡਾ ਪੁਰਜਾ ਸਟੇਟ ਦਾ ਚੀਫ ਸਕੱਟਰੀ ਹੁੰਦਾ ਤੇ ਪੁਲਿਸ ਦਾ ਸਭ ਤੋਂ ਵੱਡਾ ਪੁਰਜਾ ਡਾਇਰੈਕਟਰ ਜਨਰਲ ਪੁਲਿਸ ਹੁੰਦਾ ਹ ਹ ਸਾਰੇ ਵਿਭਾਗਾਂ ਚ ਹੈੱਡ ਬਣਾਏ ਹੁੰਦੇ ਜਿਹੜੇ ਸਾਰੇ ਮਿਲ ਕੇ ਚੱਲਦੇ ਉਹਨਾਂ ਦਾ ਕੰਮ ਇਹ ਹੁੰਦਾ ਕਿ ਜੇ ਮੁੱਖ ਮੰਤਰੀ ਜਾਂ ਕੋਈ ਮੰਤਰੀ ਕੋਈ ਫੈਸਲਾ ਕਰਦਾ ਉਹ ਨਾਲ ਦੀ ਨਾਲ ਕਹਿਣ ਜੀ ਆਹ ਫੈਸਲਾ ਕਨਸਟੀਟਿਊਸ਼ਨ ਦੇ ਖਿਲਾਫ ਜਾ ਰਿਹਾ ਜੇ ਤੁਸੀਂ ਕਰੋਗੇ ਕੱਲ ਨੂੰ ਪਵਾੜਾ ਪੈ ਸਕਦਾ ਹੁਣ ਹੁੰਦਾ ਕੀ ਹੈ ਕਿ ਪਿਛਲੇ ਸਮੇਂ ਚ ਅਫਸਰਸ਼ਾਈ ਵੀ ਲੀਡਰਾਂ ਦੇ ਚਾਰਟ ਉੱਤੇ ਲੱਗ ਗਈ ਹੈ ਕਿ ਮੈਨੂੰ ਜੱਜ ਦੀ ਪੋਸਟ ਮਿਲ ਜੇਗੀ ਮੇਰੀ ਤਰੱਕੀ ਹੋ ਜੇਗੀ ਕੋਈ ਇਹੋ ਜਿਹਾ ਲੀਡਰ ਹੈ ਜਿਹਦੇ ਕੋਲ ਮਹਿਕਮਾ ਹੈ ਤੇ ਉਹਨੇ ਆਪਣੇ ਮਹਿਕਮੇ ਦੇ ਵਿੱਚ ਆਪਣਾ ਸਾਲਾ ਜਾਂ ਆਪਣਾ ਜੀਜਾ ਸਭ ਤੋਂ ਵੱਡਾ ਅਫਸਰ ਲਾ ਲਿਆ ਜੀ ਇੱਕ ਮੰਤਰੀ ਨੇ ਆਪਣੇ ਮਹਿਕਮੇ ਚ ਸਭ ਤੋਂ ਵੱਡੀ ਅਫਸਰ ਆਪਣੀ ਨੋ ਨੂੰ ਲਾ ਲਿਆ ਹੂੰ ਹੂੰ ਤੋ ਉਹਨੂੰ ਬਹੁਤ ਜੂਨੀਅਰ ਸੀ ਬਹੁਤ ਸੀਨੀਅਰ ਪੋਸਟ ਉੱਤੇ ਉੱਤੇ ਨੂੰ ਲਾ ਲਿਆ ਤੇ ਫਿਰ ਉਹਨੂੰ ਆਈਐਸ ਵਿੱਚ ਪਾ ਕੇ ਡਿਪਟੀ ਕਮਿਸ਼ਨਰ ਵੀ ਬਣਾ ਲਿਆ ਜਦੋਂ ਸਿਆਸੀ ਲੀਡਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਆ ਇੱਕ ਲੀਗਲ ਰਿਮੈਂਬਰੈਂਸਰ ਹੁੰਦਾ ਜਿਹਨੇ ਆਖਣਾ ਹੁੰਦਾ ਕਿ ਆ ਕਾਨੂੰਨ ਦੀ ਲੰਘਣਾ ਹੋ ਰਹੀ ਆ ਤੇ ਦੂਸਰੇ ਅਫਸਰ ਹੁੰਦੇ ਆ ਜਿਨ੍ਹਾਂ ਨੇ ਆਖਣਾ ਹੁੰਦਾ ਕਿ ਆ ਕਨਸਟੀਟਿਊਸ਼ਨ ਦੇ ਖਿਲਾਫ ਜਾ ਰਿਹਾ ਉਹ ਨਹੀਂ ਆਖਦੇ ਹਾਂਜੀ ਜਦੋਂ ਚੋਣ ਜਾਬਤਾ ਲਾਗੂ ਹੋ ਜਾਂਦਾ ਕਿਰਤ ਸਰਕਾਰ ਦਾ ਤੇ ਜਿਹੜੀ ਸਿਆਸੀ ਲੀਡਰਸ਼ਿਪ ਆ ਉਹ ਪਾਸੇ ਹੋ ਜਾਂਦੀ ਆ ਸਾਰਾ ਕੰਟਰੋਲ ਇੱਕ ਤਰ੍ਹਾਂ ਨਾਲ ਚੋਣ ਕਮਿਸ਼ਨ ਦੇ ਹੱਥਾਂ 'ਚ ਆ ਜਾਂਦਾ ਤੇ ਚੋਣ ਕਮਿਸ਼ਨ ਫਿਰ ਇਸ ਗੱਲ ਦਾ ਖਿਆਲ ਰੱਖਦਾ ਕਿ ਕਨਸਟੀਟਿਊਸ਼ਨ ਦੀ ਲੰਘਣਾ ਨਾ ਹੋਵੇ ਸਿਆਸੀ ਲੀਡਰਸ਼ਿਪ ਦੇ ਹੁੰਦੇ ਆ ਇੱਕ ਥਾਂ ਤੋਂ ਕੋਈ ਬੰਦਾ ਜਾਂਦਾ ਉਹਦੇ ਕੋਲੋਂ 2 ਕਿਲੋ ਹੀਰਨ ਫੜੀ ਜਾਂਦੀ ਆ ਉਹਨੇ ਚਿਰ ਨੂੰ ਐਮਐਲਏ ਜਾਂ ਮੰਤਰੀ ਦਾ ਫੋਨ ਆ ਜਾਂਦਾ ਆਪਣਾ ਬੰਦਾ ਛੱਡ ਦੇ ਤੇ ਉਹ ਕਹਿੰਦਾ ਜੀ ਹੀਰਨ ਦਾ ਕੀ ਕਰਾਂ ਕਹਿੰਦੇ ਜਾਂ ਤਾਂ ਰੱਖ ਲੈ ਕਿਸੇ ਹੋਰ ਤੇ ਪਾ ਦੇਂਗੇ ਜਾਂ ਜਿੰਨੇ ਫੜਾਈ ਉਹਦੇ ਉੱਤੇ ਪਾ ਦੇ। ਪਰ ਜਦੋਂ ਚੋਣ ਜਾਬਤਾ ਲਾਗੂ ਹੋਇਆ ਹੁੰਦਾ। ਉਦੋਂ ਅਫਸਰ ਬਹੁਤਾ ਕਰਕੇ ਮੰਤਰੀਆਂ ਦੇ ਫੋਨ ਵੀ ਸੁਣ ਸੁਣ ਦੀ ਪਰਵਾਹ ਨਹੀਂ ਕਰਦੇ। ਉਹ ਵੇਖਣ ਲੱਗ ਪੈਂਦੇ ਆ ਕਿ ਚੋਣਾ ਹੁੰਦੀਆਂ ਕੀ ਪਤਾ ਨੇ ਜਿਤਨਾ ਕਿ ਨਹੀਂ ਜਿਤਨਾ 10-12 ਜਣੇ ਲੜਦੇ ਪਏ ਆ। ਇਹਨਾਂ ਸਾਰਿਆਂ ਦੇ ਚਿਹਰਿਆਂ ਨੂੰ ਵੇਖੋ ਭਲਾ ਕੌਣ ਆ ਲੋਕਾਂ ਦੇ ਵਿੱਚ ਕਿਹਦੀ ਕਿੰਨੀ ਸਾਖ ਆ ਕੱਲ ਨੂੰ ਮੰਤਰੀ ਕੌਣ ਬਣ ਸਕਦਾ। ਜੀ। ਉਹਦੇ ਹਿਸਾਬ ਨਾਲ ਚੱਲਣ ਲੱਗ ਪੈਂਦੇ ਆ। ਇਹ ਤਾਂ ਕਈਆਂ ਗੱਲਾਂ ਉੱਤੇ ਅਸਰ ਪੈਂਦਾ ਹੁਣ ਇੱਕ ਮਿਸਾਲ ਨੂੰ ਤੁਹੰਦਿਆਂ ਪੰਜਾਬ ਸਰਕਾਰ ਨੇ ਆਖਿਆ ਸੀ ਕਿ ਪਿੰਡਾਂ 'ਚ ਵੰਡਣ ਵਾਸਤੇ ਭਾਂਡੇ ਲੈਣੇ ਆ ਬਰਤਨ ਉਹਦੇ ਉੱਤੇ ਪੰਜਾਬ ਸਰਕਾਰ ਦਾ ਨਾਮ ਮੁੱਖ ਮੰਤਰੀ ਦਾ ਨਾਮ ਬਥੇਰਾ ਕੁਝ ਇਹਨਾਂ ਤਿਆਰ ਕੀਤਾ ਪਿਆ ਸੀ ਅਫਸਰੇ ਅਸਲ ਤੇ ਖੁਸ਼ ਨਹੀਂ ਸੀ ਕਿ ਇੱਕ ਤੱਕ ਕਰੋੜਾ ਰੁਪਇਆ ਇੱਕ ਸਿਆਸੀ ਪਾਰਟੀ ਪੰਜਾਬ ਵਿੱਚ ਆਪਣੀਆਂ ਵੋਟਾਂ ਵਾਸਤੇ ਖੱਟਣਾ ਚਾਹੁੰਦੀ ਫੋਕਣਾ ਚਾਹੁੰਦੀ ਦੂਸਰਾ ਇਹਦੇ ਵਿੱਚ ਕੁਝ ਫੰਡਾਂ ਦੇ ਵੰਡ ਛੰਡ ਦਾ ਵਿੱਚ ਝਗੜਾ ਸੀ ਕਿ ਮੰਤਰੀ ਦਾ ਕਿੰਨਾ ਹੋਵੇ ਤੇ ਭੁਲਾਨੇ ਦਾ ਕਿੰਨਾ ਇਹ ਕਈ ਕਿਸਮ ਦੇ ਰੇਟ ਕੇ ਪਿੰਦੇ ਸੰ ਅਫਸਰ ਸ਼ਾਇਦ ਜਾਣ ਬੁੱਝ ਕੇ ਉਸ ਕੇਸ ਨੂੰ ਲਟਕਾਈ ਗਈ ਲਟਕਾਈ ਗਈ ਤੇ ਜਦੋਂ 3 ਤਰੀਕ ਨੂੰ ਚੋਣ ਕਮਿਸ਼ਨ ਨੇ ਆਪਣੀ ਮੀਟਿੰਗ ਰੱਖ ਲਈ ਦੋ ਦਿਨ ਪਹਿਲਾਂ ਪਤਾ ਲੱਗ ਗਿਆ ਤੇ ਅਫਸਰਾਂ ਨੇ ਜਾ ਕੇ ਸਬੰਧਤ ਮੰਤਰੀ ਨੂੰ ਆਖਿਆ ਮੰਤਰੀ ਜੀ ਇਹ ਤਾਂ ਬਹੁਤ ਵੱਡਾ ਭਾਂਡਿਆਂ ਦਾ ਰੇਟ ਆ ਗਿਆ ਤੇ ਇੰਨਾ ਰੇਟ ਤੇ ਕੱਲ ਇਨਕੁਆਇਰੀ ਹੋ ਗਈ ਤੇ ਸਾਰੇ ਫਸ ਜਾਣਗੇ ਹੂੰ ਤੇ ਅੱਗੋਂ ਮੰਤਰੀ ਪਹਿਲਾਂ ਅਰਦਾਸ ਦੀ ਨਕਲ ਲਾਉਣ ਦੇ ਮਾਮਲੇ ਵਿੱਚ ਉਹ ਸੰਗ ਵਾਲੇ ਕੇਸ 'ਚ ਵੀ ਫਸਿਆ ਪਿਆ ਸੀ ਹੂੰ ਹੂੰ ਉਹਨੂੰ ਆਖਿਆ ਜੀ ਤੁਸੀਂ ਵੀ ਡੁੱਬੋਗੇ ਸਾਨੂੰ ਨਾਲ ਡੁੱਬੋਗੇ ਕਹਿੰਦੇ ਚੰਗਾ ਫਿਰ ਜਾਪਤਾ ਜਾਪਤਾ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਇਹ ਟੈਂਡਰ ਰੱਦ ਕਰ ਦਿਓ ਹੂੰ ਕਿਉਂਕਿ ਜੇ ਟੈਂਡਰ ਰੱਦ ਨਾ ਕੀਤੇ ਅਸੀਂ ਟੈਂਡਰ ਪਾਸ ਕਰ ਦਿੱਤੇ ਪੇਮੈਂਟ ਕਰ ਦਿੱਤੇ ਉਹਨਾਂ ਕੰਪਨੀਆਂ ਨੇ ਭਾਂਡੇ ਭੇਜ ਦੇਣੇ ਆ ਸਰਕਾਰ ਚੋਂ ਜਾਪਤੇ ਤੋਂ ਬਾਅਦ ਵੰਡ ਨਹੀਂ ਸਕਦੀ ਨਾ ਸਰਕਾਰ ਚੋਣ ਜਾਬਤਾ ਲੱਗੂ ਹੋਣ ਤੋਂ ਬਾਅਦ ਬੱਚਿਆਂ ਨੂੰ ਬਸਤੇ ਵੰਡ ਸਕਦੀ ਆ ਨਾ ਮਾਈ ਭਾਗੋ ਵਾਲੇ ਸਾਈਕਲ ਵੰਡ ਸਕਦੀ ਆ ਨਾ ਮਿੰਡਾਂ 'ਚ ਬੈਂਚ ਵੰਡੇ ਜਾ ਸਕਦੇ ਆ ਨਾ ਇਹੋ ਜੇ ਭਾਂਡੇ ਵੰਡੇ ਜਾ ਸਕਦੇ ਆ ਇਹ ਸਾਰਾ ਕੁਝ ਰੁਕ ਜਾਂਦਾ ਕੱਲਾ ਇਹੋ ਨਹੀਂ ਰੁਕ ਜਾਂਦਾ ਹਾਂ ਹਾਂ ਅਸੀਂ ਰੋਜ਼ ਵੇਖਦੇ ਸਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਯੂਪੀ ਦੀ ਐਡ ਸੜਕ ਸੜਕ ਬਸ ਸੜਕ ਸੜਕ ਤੇ अखिलेश यादव ਦਾ ਪ੍ਰਚਾਰ ਹੋ ਜਾਂਦਾ ਸੀ ਜਾਂ ਪੰਜਾਬ ਸਰਕਾਰ ਦਾ ਹੋ ਜਾਂਦਾ ਸੀ ਕਿ ਕਿੰਨੇ ਪ੍ਰੋਜੈਕਟ ਨੇ ਤੇ ਕਿੰਨਾ-ਕਿੰਨਾ ਕੰਮ ਕਰ ਦਿੱਤਾ ਹੁਣ ਤਾਂ ਪੰਜਾਬ ਕੈਲੀਫੋਰਨੀਆ ਤੋਂ ਅੱਗੇ ਲੰਘ ਗਿਆ ਜੀ ਅੰਮ੍ਰਿਤ ਵਿੱਚ ਲੋਕਾਂ ਨੂੰ ਪਤਾ ਕਿ ਰੋਟੀ ਖਾ ਕੇ ਘਰੋਂ ਤੁਰੋ ਤੇ ਬਾਜ਼ਾਰ ਤੱਕ ਜਾਂਦਿਆਂ ਖੰਡਿਆਂ 'ਚ ਵਜ ਬਜ ਕੇ ਹਜਮ ਹੋ ਜਾਂਦੀ ਹੈ ਜੀ ਉਹ ਸਾਰਾ ਪ੍ਰਚਾਰਨ ਬੰਦ ਹੋ ਜਾਏਗਾ ਅਖਬਾਰਾਂ ਨੂੰ ਪੂਰੇ ਪੂਰੇ ਸਫੇਦੇ ਅੱਧੇ ਅੱਧੇ ਸਫੇਦੇ ਦੋ-ਦੋ ਸਫਿਆਂ ਦੇ ਇਕੱਠੇ ਇਸ਼ਤਿਹਾਰ ਜਾਰੀ ਹੁੰਦੇ ਸ ਉਹ ਬੰਦ ਹੋ ਜਾਏ ਇਹ ਪਹਿਲੀ ਵਾਰ ਹੈ ਕਿ ਚੋਣ ਕਮਿਸ਼ਨ ਨੇ ਅਗਲਾ ਕੰਮ ਵੀ ਕਰ ਦਿੱਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਲੀਡਰਾਂ ਨੇ ਆਪੋ ਆਪਣੇ ਅਕਾਊਂਟ ਬਣਾਏ ਪਏ ਆ ਕਿਸੇ ਨੇ ਟਵਿੱਟਰ ਤੇ ਕਿਸੇ ਨੇ ਫੇਸਬੁੱਕ ਤੇ ਕਿਸੇ ਨੇ ਆਪਣੀ ਸਾਈਟ ਬਣਾਈ ਪਈ ਉਹਨਾਂ ਸਾਈਟਸ ਦੇ ਉੱਤੇ ਜਿਹੜਾ ਪ੍ਰਚਾਰ ਹੋਣਾ ਸੋਸ਼ਲ ਮੀਡੀਆ ਤੇ ਉਹ ਆਪ ਕਰਨ ਜਾਂ ਉਹਨਾਂ ਦੇ ਨਾਂ ਤੇ ਕੋਈ ਕਰੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਸ ਵਾਰੀ ਚੋਣ ਕਮਿਸ਼ਨ ਨੇ ਕਹਿਤਾ ਜੀ ਉਹ ਵੀ ਤੁਹਾਡਾ ਨਹੀਂ ਹੋਵੇਗਾ ਹੂੰ ਚੋਣ ਕਮਿਸ਼ਨ ਨੇ ਇੱਥੋਂ ਤੱਕ ਮਿਲ ਦਿੱਤਾ ਕਿ ਜੇ ਲੱਡੂ ਖਾਣਾ ਤੇ ਉਹਦੇ 15 ਰੁਪਏ ਤੇ ਜੇ ਉੱਥੇ ਪਕੌੜਾ ਖੋਣਾ ਕਿਹਨ ਤੇ 5 ਰੁਪਏ ਜੇ ਸ਼ਹਿਰ ਚ ਚਾਹ ਦਾ ਕੱਪ ਤੇ 5 ਰੁਪਏ ਤੇ ਪਿੰਡ ਚ ਕਿੰਨੇ ਪੈਸੇ ਹਰ ਇੱਕ ਚੀਜ਼ ਦੇ ਭਾਅ ਮਿੱਥ ਦਿੱਤੇ ਆ ਤੇ ਜੋਨ ਕਮਿਸ਼ਨ ਦੇ ਅਬਜ਼ਰਵਰ ਜਿਹੜੇ ਲੀਡਰਾਂ ਦੇ ਮਗਰ ਮਗਰ ਠੇਢੀ ਛੜੇ ਰਹਿਣਗੇ ਇਹ ਖਿਆਲ ਰੱਖਣ ਵਾਸਤੇ ਕਿ ਕਿੱਥੇ ਮੀਟਿੰਗ ਕਰਦੇ ਆ ਤੇ ਕਿੰਨੇ ਕੁ ਬੰਦੇ ਆ ਜੇ ਲੋਕਲ ਲੈਵਲ ਦਾ ਕੋਈ ਗਾਇਕ ਉਹਨਾਂ ਨੇ ਸੱਦ ਲਿਆ ਮੀਟਿੰਗ ਚ ਤੇ ਉਹਦਾ 20000 ਰੁਪਏ ਦਾ ਰੇਟ ਮਿੱਥਿਆ ਜਾਊਗਾ ਜੇ ਬਿਲਕੁਲ ਹੀ ਅਸਲੋਂ ਪਿੰਡ ਪੱਤਰ ਦਾ 2000 ਮਿੱਥਿਆ ਜਾਊਗਾ ਦਿਹਾੜੀ ਉਹਨੂੰ ਦੇ ਦਿੱਤੀ ਗਈ ਆ ਤੇ ਜੇ ਕੋਈ ਵੱਡਾ ਕਲਾਕਾਰ ਸਦ ਲਿਆ ਤੇ ਫਿਰ ਉਸ ਉਮੀਦਵਾਰ ਦੇ ਖਾਤੇ ਚ 1.5 ਲੱਖ ਰੁਪਇਆ ਜਮਾ ਹੋ ਜਾਣਾ ਹੂੰ ਹੂੰ ਤੇ 28 ਲੱਖ ਦਾ ਖਾਤਾ ਤੇ ਛੱਟ ਭਰ ਜਾਣਾ ਇਹ ਸਾਰੀਆਂ ਗੱਲਾਂ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਚ ਲੋਕਾਂ ਨੂੰ ਥੋੜਾ ਜਿਹਾ ਸਾਹ ਸੁੱਖਾ ਹੋ ਜਾਏਗਾ ਹੁਣ ਮੁੱਖ ਮੰਤਰੀ ਨੇ ਜਾਣਾ ਹੋਵੇ ਉਹਦੇ ਮਗਰ 50 ਕ ਗੱਡੀਆਂ ਹੁੰਦੀਆਂ ਜੀ ਐਂਬੂਲੈਂਸ ਵੀ ਹੁੰਦੀ ਹੈ ਡਾਕਟਰ ਵੀ ਹੁੰਦੇ ਆ ਉਸ ਇਲਾਕੇ ਦਾ ਵੀਡੀਓ ਵੀ ਹੁੰਦਾ ਤਹਿਸੀਲਦਾਰ ਵੀ ਹੁੰਦਾ ਪਟਵਾਰੀ ਵੀ ਹੁੰਦਾ ਕਾਨੂੰਗੋ ਵੀ ਹੁੰਦਾ ਡਿਪਟੀ ਕਮਿਸ਼ਨਰ ਏ ਡੀ ਸੀ ਐਸ ਡੀ ਐਮ ਸਾਰੀ ਉਹਦੇ ਮਗਰ ਤੁਰ ਪੈਂਦੇ ਇਹਨੂੰ ਕਹਿੰਦੇ ਅਮਲਾ ਫੈਲਾ ਫੈਲਾ ਇਸ ਕਰਕੇ ਵੀ ਪਹਿਲੇ ਆ ਬਹੁਤ ਹੁੰਦਾ ਕੱਲ ਜਦੋਂ ਚੋਣਾ ਸ਼ੁਰੂ ਹੋ ਗਏ ਨੇ ਚੋਣ ਜਬਤਾ ਲੱਗੂ ਹੋ ਗਿਆ ਮੁੱਖ ਮੰਤਰੀ ਦੀਆਂ ਵੀ ਦੋ ਗੱਡੀਆਂ ਹੋਣਗੀਆਂ ਸਾਰਾ ਆਪਣਾ ਪਹਿਲਾ ਆਪ ਕੋ ਆਪਣੇ ਦਫ਼ਤਰਾਂ 'ਚ ਬੈਠੇਗਾ ਉਹ ਕੰਮ ਕਰੇਗਾ ਜਿਹੜਾ ਇਹਨਾਂ ਨੂੰ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਦੇ ਮਗਰ ਨਹੀਂ ਭਜਣਾ ਚਾਹੀਦਾ ਅ ਜਿੰਨੇ ਮੰਤਰੀ ਨੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਹੱਕ ਹੁੰਦਾ ਕਿ ਉਹ ਸਰਕਾਰੀ ਗੱਡੀ ਵਰਤਲੇ ਜਿੰਨੇ ਮੰਤਰੀ ਐ ਉਹਨਾਂ ਸਾਰਿਆਂ ਤੋਂ ਸਰਕਾਰੀ ਗੱਡੀਆਂ ਖਸ ਜਾਣਗੀਆਂ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੂੰ ਪ੍ਰਾਈਵੇਟ ਗੱਡੀਆਂ ਤੇ ਘੁੰਮਣਾ ਪਵੇਗਾ ਕਿਸੇ ਤੇ ਲਾਲ ਬੱਤੀ ਨਹੀਂ ਹੋਵੇਗੀ ਕਿਸੇ ਤੇ ਝੰਡੀ ਨਹੀਂ ਹੋਵੇਗੀ ਇਹ ਸਭ ਕੁਝ ਲਾ ਦਿੱਤਾ ਜਾਵੇਗਾ ਜੀ ਪਿੰਡਾਂ ਵਿੱਚ ਜਾ ਕੇ ਜਲਸਿਆਂ 'ਚ ਸਮਾਗਮਾਂ ਕੋਈ ਨੀ ਪੱਥਰ ਰੱਖੀ ਜਾਂਦਾ ਕੋਈ ਉੱਤੇ ਨਾਮ ਵੰਡੀ ਜਾਂਦਾ ਸਭ ਬੰਦ ਹੋ ਜਾਵੇਗਾ ਅ 26 ਜਨਵਰੀ ਤਰੀ ਆਉਂਦੀ ਹੈ ਰਿਪਬਲਿਕ ਡੇ ਉਦੋਂ ਇਹਨਾਂ ਸਾਰਿਆਂ ਨੇ ਚੰਡੇ ਚਲਾਉਣੇ ਸਨ ਤਕਰੀਰਾਂ ਕਰਨੀਆਂ ਸਨ ਤਕਰੀਰਾਂ ਦੇ ਬਹਾਨੇ ਆਪਣੀ ਸਿਆਸਤ ਕਰਨੀ ਸੀ ਉਹ ਸਭ ਬੰਦ ਹੋ ਜਾ। ਯਾਨੀ ਚੋਣ ਜਾਬਤਾ ਇਹੋ ਜੀ ਚੀਜ਼ ਆ ਜਿਹੜਾ ਸਰਕਾਰੀ ਮਸ਼ੀਨਰੀ ਨੂੰ ਸਿਆਸੀ ਹਿੱਤਾਂ ਵਾਸਤੇ ਵਰਤਣ ਦੇ ਉੱਤੇ ਇੱਕਦਮ ਬ੍ਰੇਕ ਲਾ ਦਿੰਦਾ। ਇਹਨਾਂ ਦਿਨਾਂ 'ਚ ਤੁਸੀਂ ਵੇਖੋਗੇ ਜੁਰਮ ਵੀ ਘਟ ਜਾਣਗੇ ਕਿਉਂਕਿ ਜੁਰਮ ਕਰਨ ਵਾਲਿਆਂ ਨੂੰ ਕੋਈ ਨਾ ਕੋਈ ਸਿਆਸੀ ਛਤਰੀ ਹਾਸਲ ਹੁੰਦੀ ਆ ਉਹ ਨਹੀਂ ਰਹੇ।

ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਹੈ ਉਹ ਚੇਂਜ ਮੈਂ ਹਾਂ ਜਗਰਾਜਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਆ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾਂ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਵਾਲੀਆ मैं हाँ हरमंथन ते तवाज ने हंसी लाऊं ने कोई नहीं लाऊंगा मैं पृथ्वी पाल सिंह सोही मैं लेके अमांग का खबरां ते तब्बसरा लाइट्स कैमरा एक्शन एंटरटेनमेंट बियोंड इमेजिनेशन मैं रुक कर लेके अमांग की ग्लैमर दी दुनिया दी राज क्योंकि टेंशंस एंड स्ट्रेस तो दूर एंटरटेनमेंट भी चाहिए हजूर मैं हाँ स्वर्ण सिंह टैना बहुत विशाल है खबरां दा इस संसार ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵੇ ਲਾ ਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਾਤ ਕੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਣੀਪਾਲ ਤੁਹਾਡੀ ਕਚੈਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨਾਂ ਆਗੇ ਅਸੀਂ ਦੇ ਨੇਹਾ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਹਾਂ ਸਪਨ ਮਨਚਨ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੀ ਦੀ ਹੋਵੇਗੀ ਪ੍ਰਸ਼ੰਸਾ

ਵਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਪ੍ਰਾਈਮੇਸ਼ਾ ਟੀਵੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੋ ਪੰਨੋ ਸਭ ਸੁਪਰੀਮ ਕੋਰਟ ਨੇ ਉਹਨਾਂ ਵੱਡੀਆਂ ਕੰਪਨੀਆਂ ਦੀ ਸੂਚੀ ਮੰਗੀ ਹੈ ਜਿਨ੍ਹਾਂ ਨੇ ਸਰਕਾਰੀ ਬੈਂਕਾਂ ਦੇ 500 ਕਰੋੜ ਤੋਂ ਵੀ ਵੱਧ ਦੇ ਪੈਸੇ ਦੇਣੇ ਨੇ ਇਸ ਹੁਣ ਸੂਚੀ ਇਹ ਮੰਗਵਾਉਣ ਦਾ ਕੀ ਕਾਰਨ ਹੈ ਸਾਡੇ ਭਾਰਤ ਵਿੱਚ ਅਨੇਰ ਖਾਤਾ ਪਿਆ ਵੱਡੇ ਜਿਹੜੇ ਸੇਟ ਨੇ ਉਹਨਾਂ ਨੇ ਪਾਇਆ ਸਰਕਾਰਾਂ ਨਾਲ ਮਿਲ ਕੇ ਤੇ ਵੱਡੀਆਂ ਬੈਂਕਾਂ ਦੇ ਜਿਹੜੇ ਉੱਪਰਲੇ ਉੱਪਰਲੇ ਅਫਸਰ ਹੈ ਉਹ ਸਾਰੇ ਮਿਲ ਕੇ ਆਪਣਾ ਹਿੱਸਾ ਵਡਾ ਕੇ ਲੁੱਟ ਮਚਾਈ ਜਾਂਦੇ ਆ ਪਿੰਡ ਵਿੱਚ ਕਿਸੇ ਨੇ 40000 ਦਾ ਕਰਜ਼ਾ ਲਿਆ ਹੋਵੇ 30000 ਦਾ ਉੱਤੇ ਵਿਆਜ ਹੋਵੇ ਤੇ ਉਹਦੇ ਜਾ ਕੇ ਟਰੈਕਟਰ ਵੀ ਘਰੋਂ ਚੁੱਕ ਲਿਆਉਂਦੇ ਆ ਤੇ ਉਹਦੀਆਂ ਆਪਣੀਆਂਵੇਂ ਬਾਵਾ ਬਣ ਕੇ ਜਾ ਕੇ ਹਵਾਲਾ ਚ ਬੰਦ ਕਰ ਦਿੰਦੇ ਆ ਦੋ ਚਪੀੜਾਂ ਮਾਰ ਦਿੰਦੇ ਜੀ ਇਸੇ ਕਰਕੇ ਕਈ ਕਿਸਾਨ ਖੁਦਕਸ਼ੀਆਂ ਕਰ ਗਏ ਸ਼ਹਿਰਾਂ 'ਚ ਛੋਟੀਆਂ ਦੁਕਾਨਾਂ ਵਾਲੇ ਕਈ ਖੁਦਕਸ਼ੀਆਂ ਕਰ ਗਏ ਪਰ ਵੱਡੇ ਲੋਕਾਂ ਦਾ ਹਾਲ ਕੀ ਹੈ ਵਿਜੇ ਮਾਲਿਆ ਬਾਹਰ ਦੌੜ ਗਿਆ 9000 ਕਰੋੜ ਰੁਪਇਆ ਸਰਕਾਰ ਦੇ ਬੈਂਕਾਂ ਦਾ ਦੇਣਾ ਕਿਸੇ ਦਾ 500 ਕਰੋੜ ਹੈ ਕਿਸੇ ਦਾ 70 ਕਰੋੜ ਹੈ ਕਿਸੇ ਦਾ 900 ਕਰੋੜ ਹੈ ਕਿਸੇ ਨੇ ਪੁੱਛਿਆ ਤੱਕ ਨਹੀਂ ਜਦੋਂ ਉਹਨੂੰ ਕੁਝ ਬੈਂਕਾਂ ਨੇ ਡਿਫਾਲਟਰ ਡਿਕਲੇਅਰ ਕਰ ਦਿੱਤਾ ਔਰ ਡਿਫਾਲਟਰ ਵੀ ਸਧਾਰਨ ਡਿਫਾਲਟਰ ਨਹੀਂ ਵਿਲਫੁਲ ਡਿਫਾਲਟਰ ਜਿਹਦਾ ਮਤਲਬ ਹੁੰਦਾ ਕਿ ਜਾਣਬੁੱਝ ਕੇ ਪੈਸੇ ਬੰਦਾ ਨਹੀਂ ਦਿੰਦਾ ਉਹਦੇ باوجود ਕਰਜ਼ੇ ਵਾਲੀਆਂ ਜਾਇਦਾਦਾਂ ਦੇ ਉੱਤੇ ਹੋਰ ਕਰਜ਼ਾ ਗਰੰਟੀ ਲੈ ਕੇ ਦਿੱਤਾ ਗਿਆ ਵਿਜੇ ਬਾਲਿਆ ਦਾ ਕੇਸ ਚਲਦਿਆਂ ਚਲਦਿਆਂ ਇੱਕ ਗੱਲ ਸਾਹਮਣੇ ਆਈ ਇਹ ਤਾਂ ਇੱਥੇ ਰਵਾਜ ਪਿਆ ਕਿਸੇ ਵੱਡੀ ਕੰਪਨੀ ਨੇ 200 ਕਰੋੜ ਰੁਪਇਆ ਕਰਜ਼ਾ ਦੇ ਦਿਓ 5 ਸਾਲ ਬਾਅਦ ਕਹਦੇ ਹੋ ਜੀ ਐਨਪੀ ਹੋ ਗਿਆ ਨਾਨ ਪਰਫਾਰਮਿੰਗ ਅਸੈਟ ਹੋ ਗਿਆ ਇਹਦੇ ਚ ਕੋਈ ਹੁਣ ਕਾਰੋਬਾਰ ਨਹੀਂ ਹੋ ਰਿਹਾ ਜੀ ਤੇ ਫਿਰ ਉਹਨੂੰ ਮਾਫ ਕਰ ਦਿਓ ਆਮ ਲੋਕਾਂ ਦਾ 2 ਲੱਖ ਰੁਪਇਆ 2000 ਰੁਪਇਆ ਵੀ ਕੋਈ ਮਾਫ ਨਹੀਂ ਕਰਦਾ ਤੇ ਉਹਨਾਂ ਦਾ 200 ਕਰੋੜ 500 ਕਰੋੜ 2000 ਕਰੋੜ ਐਨਪੀ ਐਕ ਹੈ ਕਿਤੇ ਮਾਫ ਕਰ ਦਿੱਤਾ ਜਾਂਦਾ ਇਹ ਗੱਲ ਜਦੋਂ ਸਾਹਮਣੇ ਆਈ ਫਿਰ ਸੁਪਰੀਮ ਕੋਰਟ ਨੇ ਆਖਿਆ ਕਿ ਵੱਡੇ ਜਿਹੜੇ ਡਿਫਾਲਟਰ ਨੇ ਆਮ ਤੌਰ ਤੇ ਤਾਂ ਇਹ ਪੁੱਛਿਆ ਜਾਂਦਾ ਕਿ ਵੈਲਫੁਲ ਡਿਫਾਲਟਰ ਹੁਣ ਬੈਂਕਾਂ ਕਈਆਂ ਨਾਲ ਸਾਂਝ ਰੱਖਦੀਆਂ ਨੇ ਉਹਨਾਂ ਨੂੰ ਵੈਲਫੁਲ ਡਿਫਾਲਟਰ ਡਿਕਲੇਅਰ ਨਹੀਂ ਕਰਦੀਆਂ ਉਹਦਾ ਡਿਫਾਲਟ ਡਿਕਲੇਅਰ ਕਰ ਦਿੰਦੇ ਆ ਐਨਪੀਏ ਕਰ ਦਿੰਦੇ ਉਹਨਾਂ ਦੇ ਕਰਜ਼ੇ ਮਾਫ ਕਰ ਦਿੰਦੇ ਹੁਣ ਸੁਪਰੀਮ ਕੋਰਟ ਨੇ ਸਿੱਧੀ ਬੋਲੀ ਚ ਪੁੱਛ ਲਿਆ ਕਿ ਸਾਨੂੰ ਉਹਨਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਕੋਲ 500 ਕਰੋੜ ਤੋਂ ਵੱਧ ਦਾ ਕਰਜ਼ਾ ਤਾਂ ਕਿ ਉਹਨਾਂ ਕੰਪਨੀਆਂ ਤੇ ਝਾਤ ਮਾਰੀ ਜਾਵੇ ਕਿ ਉਹਨਾਂ ਦਾ ਪਿਛਲਾ ਰਿਕਾਰਡ ਕੀ ਆ ਸਾਡੇ ਪੰਜਾਬ ਦੇ ਵਿੱਚ ਵੀ ਪੁਰਾਣੇ ਦੋ ਮੁੱਖ ਮੰਤਰੀਆਂ ਦਾ ਨਾਮ ਆਉਂਦਾ ਸਾਬਕਾ ਮੁੱਖ ਮੰਤਰੀਆਂ ਦਾ ਜਿਨ੍ਹਾਂ ਦੇ ਵੱਲ ਇਦਾਂ ਦੇ ਕਰਜ਼ੇ ਆ ਸੁਪਰੀਮ ਕੋਰਟ ਜਿਹੜੀ ਸਿਰ ਤੇ ਚੱਲਦੀ ਪਈ ਹੈ ਆਸ ਰੱਖਣੀ ਚਾਹੀਦੀ ਹੈ ਕਿ ਵੱਡੇ ਜਿਹੜੇ ਕਾਲੇ ਮਲੇ ਕਰਨ ਵਾਲੇ ਆ ਬੈਂਕਾਂ ਦੇ ਅਫਸਰਾਂ ਨਾਲ ਮਿਲ ਕੇ ਚੇਅਰਮੈਨਾਂ ਨਾਲ ਮਿਲ ਕੇ ਉਹਨਾਂ ਨੂੰ ਕੋਈ ਨਾ ਕੋਈ ਨੱਥ ਪੈਗੀ ਪਰ ਅਜੇ ਇਹੋ ਜਿਹਾ ਗੁਪਤਰਾ ਬਹੁਤ ਨੇ ਜਿੰਨਾ ਤੋਂ ਖਾਣ ਪੀਣ ਚੱਲ ਸਕਦਾ ਫਿਰ ਵੀ ਸੁਪਰੀਮ ਕੋਰਟ ਦੇ ਇਸ ਕਦਮ ਦਾ ਸਵਾਗਤ ਕਰਨਾ ਚਾਹੀਦਾ ਜੀ ਪਰ ਅਸੋ ਆਖਰੀ ਖਬਰ ਲੈਣੇ ਆ ਕਿ ਪਤਾ ਲੱਗਾ ਕਿ ਯੂਏਈ ਸਰਕਾਰ ਨੇ ਦਾਉਦ ਇਬਰਾਹਿਮ ਦੀ 15000 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ ਉਹ ਵੀ ਭਾਰਤ ਦੇ ਕਹੇ ਤੇ ਥੋੜੇ ਹਿਸਾਬ ਨਾਲ ਭਾਰਤ ਨੂੰ ਇੱਕ ਕਾਮਯਾਬੀ ਕੇ ਵਿੱਚ ਮਿਲੀ ਦਾਉਦ ਇਬਰਾਹਿਮ 1993-94 ਦੇ ਦੰਗਿਆਂ ਨਾਲ ਜੋੜ ਕੇ ਬਹੁਤੇ ਲੋਕ ਵੇਖਦੇ ਆ ਅਸਲ ਵਿੱਚ ਉਹਦੇ ਤੋਂ ਪਹਿਲਾਂ ਉਹਨੇ ਇੱਕ ਅੰਪਾਇਰ ਖੜੀ ਕਰ ਲਈ ਸੀ ਕਿੱਡਾ ਵੱਡਾ ਕਰਾਇਮ ਦੀ ਦੁਨੀਆ ਦਾ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਬਣ ਗਿਆ ਸੀ ਜਿਹਦਾ ਦੁਨੀਆ ਦੇ ਕਈ ਦੇਸ਼ਾਂ 'ਚ ਕਾਰੋਬਾਰ ਅੱਜ ਦੀ ਤਰੀਕ ਵਿੱਚ ਜੇ ਦੌਦ ਇਬਰਾਹਿਮ ਦਾ ਕਾਰੋਬਾਰ ਵੇਖਿਆ ਜਾਵੇ ਭਾਰਤ ਦਾ ਸਭ ਤੋਂ ਵੱਡਾ ਸੇਠ ਮੁਕੇਸ਼ ਅੰਬਾਨੀ ਗਿਣਿਆ ਜਾਂਦਾ ਰਿਲਾਇੰਸ ਵਾਲਾ ਤੇ ਜਿਹੜੇ ਕਰਾਇਮ ਦੀ ਦੁਨੀਆ ਨੂੰ ਨੇੜੇੋਂ ਜਾਣਦੇ ਲੋਕ ਆ ਉਹ ਕਹਿੰਦੇ ਆ ਕਿ ਦੌਦ ਦਾ ਕਾਰੋਬਾਰ ਸ਼ਾਇਦ ਇਹਦੇ ਤੋਂ ਵੀ ਵੱਧ ਹੋਵੇ ਹਮ ਹਮ ਤੇ ਉਸ ਬੰਦੇ ਦਾ ਪਤਾ ਵੀ ਕਿਤੇ ਨਹੀਂ ਉਹਦੀ ਧੀ ਦਾ ਵਿਆਹ ਹੋਇਆ ਇੱਕ ਇੰਟਰਨੈਸ਼ਨਲ ਲੈਵਲ ਦੇ ਕ੍ਰਿਕਟ ਖਿਡਾਰੀ ਦੇ ਮੁੰਡੇ ਨਾਲ ਹੋਇਆ ਤੇ ਦੁਬਈ 'ਚ ਹੋਇਆ ਉਸ ਵਿਆਹ ਦੇ ਉੱਤੇ ਵੱਡੀਆਂ-ਵੱਡੀਆਂ ਹਸਤੀਆਂ ਗਈਆਂ ਪੈਸਾ ਪਾਣੀ ਵਾਂਗ ਵਗਿਆ ਜੀ ਉਹ ਆਪ ਨਹੀਂ ਆ ਪਰ ਸਾਰਿਆਂ ਨੂੰ ਪਤਾ ਸੀ ਪੈਸਾ ਕਿੱਥੋਂ ਆ ਰਿਹਾ ਕਿਸੇ ਨੇ ਚੈੱਕ ਕੀਤਾ ਉਹ ਪੈਸਾ ਕਿੱਥੋਂ ਆਇਆ ਤੇ ਕਿੰਨਾ ਆ ਹੁਣ ਵਾਲੀ ਭਾਰਤ ਸਰਕਾਰ ਖਾਸ ਤੌਰ ਤੇ ਨਰਿੰਦਰ ਮੋਦੀ ਦੀ ਸਰਕਾਰ ਇਸ ਗੱਲ ਦੇ ਮਗਰ ਪਈ ਹੈ ਕਿ ਅਸੀਂ ਦੌੜ ਨੂੰ ਟੱਕੇ ਨਹੀਂ ਬਹਿਣ ਦਾਂ ਹਾਂਜੀ ਇਹਨੇ ਆਪਣੀ ਵੱਲੋਂ ਯੂਏ ਦੀ ਸਰਕਾਰ ਤੱਕ ਪਹੁੰਚ ਕੀਤੀ ਯੂਏ ਦੀ ਸਰਕਾਰ ਨੇ ਉਹਦਾ 15000 ਕਰੋੜ ਰੁਪਏ ਦਾ ਜਿਹੜਾ ਕਾਰੋਬਾਰ ਹੈ ਜਿਹੜੀ ਪ੍ਰਾਪਰਟੀ ਉਹ ਜ਼ਬਤ ਕਰ ਲਈ ਜਿਹਦਾ 15 ਲੱਖ ਕਰੋੜ ਦਾ ਕਾਰੋਬਾਰ ਹੋਵੇ 15000 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਜ਼ਬਤ ਕਰ ਵੀ ਲਈ ਜਾਵੇ ਇਹ ਇਹ ਪੌਡਾ ਇਸਬਰਗ ਇੱਕ ਸਮੁੰਦਰ ਚ ਤਰਦਾ ਜਾਂਦਾ ਬਰਫ਼ ਦਾ ਗਲੇਸ਼ੀਅਰ ਹੋਵੇ ਕਹਿੰਦੇ ਉਹਦਾ 10ਵਾਂ ਸਦਸਤਾ ਹੁੰਦਾ 90 ਫੀਸਦੀ ਲੁਕਿਆ ਹੁੰਦਾ ਇਹ ਤਾਂ 10ਵਾਂ ਐਸਾਬ ਨਹੀਂ ਇਹ ਤਾਂ 1% ਉਹਦੀਆਂ ਜਾਇਦਾਦਾਂ ਬ੍ਰਿਟਨ ਦੇ ਵਿੱਚ ਨੇ ਇੰਗਲੈਂਡ 'ਚ ਭਾਰਤ ਨੇ ਕਈ ਵਾਰ ਦੱਸਿਆ ਜੀ ਫੁਲਾਨੀ ਫੁਲਾਨੀ ਉਹ ਕਹਿੰਦੇ ਜੀ ਕਾਗਜ਼ਾਂ 'ਚ ਛੋੜਨਾ ਦੇ ਨਾਮ ਤੇ ਉਹ ਆਪਣੇ ਨਾਂ ਤੇ ਕਾਰੋਬਾਰ ਕਰਦਾ ਹੀ ਨਹੀਂ ਦੁਨੀਆ ਦੇ ਕਈ ਹੋਰਨਾਂ ਦੇਸ਼ਾਂ 'ਚ ਪਾਕਿਸਤਾਨ ਦੇ ਵਿੱਚ ਜਿਹੜੇ ਟੈਲੀਫੋਨਾਂ ਤੋਂ ਉਹ ਲੋਕਾਂ ਨੂੰ ਧਮਕੀਆਂ ਦਿੰਦਾ ਉਹ ਭਾਰਤ ਸਰਕਾਰ ਦੱਸਦੀ ਹੈ ਤੇ ਪਾਕਿਸਤਾਨ ਸਰਕਾਰ ਕਹਿੰਦੀ ਹੈ ਜੀ ਤੂੰ ਹੈ ਹੀ ਕਿਸੇ ਹੋਰ ਦੇ ਨਾਂ ਤੇ ਜਿਹੜੀ ਕੋਠੀ ਚ ਰਹਿੰਦਾ ਤੇ ਜਿੱਥੇ ਉਹਨੂੰ ਪਾਕਿਸਤਾਨ ਦੀ ਫੌਜ ਨੇ ਤੇ ਖੁਫੀਆ ਏਜੰਸੀ ਨੇ ਸਿਕਿਉਰਿਟੀ ਦਿੱਤੀ ਆ ਉਹ ਵੀ ਉਹ ਕਹਿੰਦੇ ਉੱਥੇ ਹੈਗਾ ਹੀ ਨਹੀਂਗਾ ਪਰ ਉਹ ਤਾਂ ਉਸامہ ਬਿੰ ਲਾਦਨ ਬਾਰੇ ਵੀ ਕਹਿੰਦੇ ਸੀ ਹੈ ਨਹੀਂਗਾ ਹੁਣ ਇਸ ਹਫਤੇ ਸੋਮਵਾਰ ਦੇ ਦਿਨ ਉਹਨਾਂ ਦੇ ਗ੍ਰਹਿ ਮੰਤਰੀ ਨਸਾਰ ਖਾਨ ਨੇ ਮੰਨ ਲਿਆ ਕਿ ਜਿਹੜਾ ਮੁਲਾ ਮਨਸੂਰ ਸੀ ਤਾਲਿਬਾਨ ਦਾ ਮੁਖੀ ਉਹਨੂੰ 2005 ਦੇ ਵਿੱਚ ਜਾਲੀ ਸਟ ਪਾਸਪੋਰਟ ਜਿਹੜਾ ਸਾਡੀ ਪਾਕਿਸਤਾਨ ਦੀ ਸਰਕਾਰ ਨੇ ਦਿੱਤਾ ਸੀ ਇਹ ਕਹਤਾ ਸਾਡੀ ਵਾਲੀ ਸਰਕਾਰ ਨਹੀਂ ਸਾਡੇ ਤੋਂ ਪਿਛਲੀ ਸੀ ਪਰ ਇਹ ਤੇ ਮੰਨ ਲਿਆ ਨੇ ਉਸਾਮਾ ਮੇ ਲਾਦ ਨੂੰ ਵੀ ਰੱਖਿਆ ਸੀ ਜੀ ਇਬਰਾਹਿਮ ਵੀ ਉੱਥੇ ਆ ਦੌਦੇ ਇਬਰਾਹਿਮ ਉਹਦੀ ਪ੍ਰਾਪਰਟੀ ਜਿੰਨੀ ਜ਼ਬਤ ਕੀਤੀ ਗਈ ਹੈ ਭਾਰਤ ਸਰਕਾਰ ਦੀ ਇਹ ਕਾਮਯਾਬੀ ਹੈ ਜਿਵੇਂ ਵੀ ਮਿਲ ਗਈ ਉਥੋਂ ਦੀ ਸਰਕਾਰ ਤੱਕ ਪਹੁੰਚ ਕਰ ਗਏ ਪਰ ਇਹ ਬਹੁਤ ਛੋਟੀ ਕਾਮਯਾਬੀ ਹੈ ਇਹਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰਨ ਦਾ ਵੀ ਕੋਈ ਫਾਇਦਾ ਨਹੀਂ ਜੀ ਪੰਨੂ ਸਾਹਿਬ ਅੱਜ ਦੀ ਚਰਚਾ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਝ ਹੋਰ ਖਬਰਾਂ ਤੇ ਮੁੱਦਿਆਂ ਦੇ ਨਾਲ ਕੱਲ ਫੇਰ ਮੁਲਾਕਾਤ ਹੋਵੇਗੀ ਵਕੀਰ ਰੋਪਰਾ ਪ੍ਰਾਈਮੇਸ਼ਾ ਟੀਵੀ ਧੰਨਵਾਦ